ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਸਿਰ ਦਰਦ ਬਾਰੇ ਵੀ ਸਿਰ ਦੇ ਵਿੱਚ ਦਰਦ ਕਿਉਂ ਹੋਣ ਲੱਗ ਜਾਂਦਾ ਹੈ ਤੇ ਇਹਦੇ ਕੀ ਕੀ ਕਾਰਨ ਨੇ ਤੇ ਇਹਦੇ ਕੀ ਕੀ ਇਲਾਜ ਆਪਣੇ ਕੋਲੇ ਘਰੇਲੂ ਕੀ ਕੀ ਚੀਜ਼ਾਂ ਨੇ ਆਪਾਂ ਜਿਨ੍ਹਾਂ ਨਾਲ ਆਪਾਂ ਇਸ ਰੋਗ ਨੂੰ ਠੀਕ ਕਰ ਸਕਦੇ ਹਾਂ ਪਹਿਲੀ ਗੱਲ ਤਾਂ ਇਹ ਹੈ ਜੀ ਵੀ ਸਿਰ ਚ ਦਰਦ ਉਦੋਂ ਹੁੰਦਾ ਜਦੋਂ ਆਪਣਾ ਮਤਲਬ ਜਾਂ ਤਾਂ ਨੀਂਦ ਨਾ ਪੂਰੀ ਹੋਵੇ ਆਪਣੀ ਤਾਂ ਵੀ ਆਪਣੇ ਇਹ ਕਾਰਨ ਬਣ ਜਾਂਦਾ ਜੀ ਸਿਰ ਦਰਦ ਦਾ ਜਾਂ ਆਪਾਂ ਪੜ੍ਹਾਈ ਜ਼ਿਆਦਾ ਕਰੀ ਜਾਂਦੇ ਆ ਆਪਣੇ ਮਾਈਂਡ ਨੂੰ ਰੈਸਟ ਨਹੀਂ ਮਿਲਿਆ ਦਿਮਾਗ ਨੂੰ ਆਪਣੇ ਨੂੰ ਫੇਰ ਵੀ ਹੋ ਜਾਂਦਾ ਜੀ ਮੋਬਾਈਲ ਜ਼ਿਆਦਾ ਦੇਖਣਾ ਉਹਦੇ ਨਾਲ ਵੀ ਹੋ ਜਾਂਦਾ ਹੈਗਾ ਤੇ ਜ਼ਿਆਦਾ ਮਤਲਬ ਕਿ ਆਪਾਂ ਕੋਈ ਤਲਿਆ ਫਲਿਆ ਖਾ ਲਿਆ ਤੇ ਗੈਸ ਬਣਨ ਲੱਗ ਗਈ ਉਹਦੇ ਨਾਲ ਵੀ ਹੋ ਜਾਂਦਾ ਹੈਗਾ ਤੇ ਜਾਂ ਆਪਾਂ ਨੂੰ ਕਬਜ਼ ਜ਼ਿਆਦਾ ਰਹਿੰਦੀ ਹੈ ਉਹਦੇ ਨਾਲ ਵੀ ਸਿਰਦਰਦ ਜ਼ਿਆਦਾ ਕਰਨ ਲੱਗ ਜਾਂਦਾ ਜੀ ਮੈਂ ਤਾਂ ਤੁਹਾਨੂੰ ਇਹ ਹੀ ਕਹੂੰਗੀ ਵੀ ਇੱਕ ਤਾਂ ਤੁਸੀਂ ਨੀਂਦ ਪੂਰੀ ਲਿਆ ਕਰੋ ਪਹਿਲਾਂ ਤਾਂ ਤੁਹਾਡੇ ਨਾਲ ਇਹ ਹੀ ਵਿਚਾਰ ਆਪਾਂ ਸਾਂਝੇ ਕਰਦੇ ਆ ਵੀ ਨੀਂਦ ਪੂਰੀ ਲਿਆ ਕਰੋ ਤੁਸੀਂ ਥੋੜਾ ਜਿਹਾ ਮੋਬਾਈਲ ਦਾ ਮਤਲਬ ਘੱਟ ਦੇਖਿਆ ਕਰੋ ਚਲੋ ਦੇਖਣਾ ਤਾਂ ਪੈਂਦਾ ਹੀ ਆਪਾਂ ਨੂੰ ਕਿਉਂਕਿ ਹੁਣ ਇਹ ਹੀ ਨੈਟਵਰਕ ਹੀ ਇੰਨਾ ਆਪਣੇ ਹੋ ਗਿਆ ਪਿਆ ਆਪਣੇ ਤੇ ਹਾਵੀ ਕਿ ਆਪਾਂ ਰਹਿ ਵੀ ਨਹੀਂ ਸਕਦੇ ਇਹਦੇ ਬਿਨਾ ਮੋਬਾਈਲ ਬਿਨਾ ਤੇ ਚਲੋ ਕੋਈ ਗੱਲ ਨਹੀਂ ਦੇਖੋ ਪਰ ਉਹ ਲਿਮਟ ਦਾ ਕਿਉਂਕਿ ਫਿਰ ਜਦੋਂ ਸਿਰਦਰਦ ਕਰਨ ਲੱਗ ਜਾਂਦਾ ਜੀ ਫਿਰ ਇਹ ਕਈ ਕਈ ਦਿਨ ਇਹ ਨਹੀਂ ਹਟਦਾ ਹੈਗਾ ਫਿਰ ਆਪਾਂ ਨੂੰ ਉਦੋਂ ਵੀ ਜਾਦੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਤੇ ਹੁਣ ਆਪਾਂ ਗੱਲ ਕਰੀਏ ਵੀ ਆਪਣੇ ਕੋਲੇ ਅਗਰ ਮੌਕੇ ਤੇ ਕੋਈ ਦਵਾਈ ਹੈ ਨਹੀਂਗੀ ਮੌਕੇ ਤੇ ਆਪਾਂ ਜਾਂ ਰਾਤ ਬਰਾਤੇ ਆਪਣੇ ਕੋਈ ਸਿਰ ਚ ਦਰਦ ਹੋਣ ਲੱਗ ਗਿਆ ਜਾਂਦਾ ਜਾਂ ਆਪਣੇ ਤੋਂ ਐਲੋਪੈਥਿਕ ਜਾਂ ਕੁਝ ਵੀ ਹੈ ਨਹੀਂ ਲਿਆ ਜਾਂਦਾ ਆਯੁਰਵੈਦਿਕ ਆਪਾਂ ਨਹੀਂ ਦਵਾਈ ਲੈ ਸਕਦੇ ਕਈਆਂ ਤੋਂ ਨਹੀਂ ਵੀ ਲਈ ਜਾਂਦੀ ਹੈਗੀ ਤਾਂ ਥੋੜੇ ਜਿ ਛੋਟੇ ਛੋਟੇ ਮੈਂ ਪਰੇਲ ਨੂੰ ਨੁਸਖੇ ਤੁਹਾਡੇ ਵਾਸਤੇ ਅੱਜ ਲੈ ਕੇ ਆਈਆਂ ਜੀ ਤੇ ਤੁਸੀਂ ਧਿਆਨ ਨਾਲ ਸੁਣਿਓ ਬੜੇ ਉਹਦੇ ਨਾਲ ਤੇ ਉਹਦੇ ਨਾਲ ਬੜਾ ਫਾਇਦਾ ਹੁੰਦਾ ਹੈਗਾ ਅਗਰ ਸਿਰਦਰਦ ਜਿਆਦਾ ਕਰਨ ਲੱਗ ਗਿਆ ਕਿਸੇ ਕਾਰਨ ਵੀ ਦਰਦ ਕਰਨ ਲੱਗ ਜੇ ਤਾਂ ਤੁਸੀਂ ਕੀ ਕਰਨਾ ਹੈਗਾ ਆਪਾਂ ਬਿਨਾ ਦੁੱਧ ਤੋਂ ਚਾਹ ਬਣਾਉਣੀ ਹੈ ਜੀ ਬਿਨਾ ਦੁੱਧ ਤੋਂ ਤੁਸੀਂ ਇੱਕ ਕੱਪ ਚਾਹ ਦਾ ਬਣਾ ਲਓ ਤੇ ਉਹਦੇ ਵਿੱਚ ਇੱਕ ਨਿੰਬੂ ਨਿਚੋੜ ਲਓ ਤੇ ਪੀ ਲਓ ਬਸ 5-7 ਮਿੰਟਾਂ ਬਾਅਦ ਤੁਹਾਡਾ ਸਿਰਦਰਦ ਕਰਨੋਂ हट ਜਾਊਗਾ ਅਗਰ ਤੁਹਾਡੇ ਕੋਲੋਂ ਇਹ ਵੀ ਨਹੀਂ ਪੀ ਹੁੰਦੀ ਤਾਂ ਫਿਰ ਤੁਸੀਂ ਕੀ ਕਰਨਾ 100 ਗ੍ਰਾਮ ਨਿੰਬੂ ਦੇ ਪੱਤੇ ਲੈ ਲਓ। ਨਿੰਬੂ ਦੇ ਪੱਤੇ ਲੈ ਕੇ ਉਹਨਾਂ ਦਾ ਰਸ ਕੱਢਣਾ ਜੀ ਉਹ ਕਿੱਦਾਂ ਕੱਢਣਾ ਹੈਗਾ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ। ਵੀ ਉਹਦੇ ਵਿੱਚ ਪਾਣੀ ਪਾ ਕੇ ਨਾ ਥੋੜਾ ਜਿਹਾ ਤੇ ਮਿਕਸੀ ਦੇ ਵਿੱਚ ਰਗੜ ਲਓ ਉਹਨੂੰ ਚੰਗੀ ਤਰ੍ਹਾਂ। ਰਗੜ ਕੇ ਤੇ ਉਹ ਪਾਣੀ ਨਿਚੋੜ ਕੇ ਤੁਸੀਂ ਉਹਦੇ ਵਿੱਚ ਕਾਲਾ ਨਮਕ ਤੇ ਕਾਲੀਆਂ ਮਿਰਚਾਂ ਪਾ ਕੇ ਤੁਸੀਂ ਪੀ ਸਕਦੇ ਹੋ। ਇਹਦੇ ਨਾਲ ਵੀ ਸਿਰਦਰਦ ਨੂੰ ਕਾਫੀ ਲਾਭ ਮਿਲਦਾ ਹੈ ਜੀ। ਅਗਰ ਗਰਮੀ ਨਾ ਜ਼ਿਆਦਾ ਜਿਵੇਂ ਅੱਜ ਕੱਲ ਗਰਮੀ ਜ਼ਿਆਦਾ ਹੋਈ ਪਈ ਹੈਗੀ ਆ ਗਰਮੀ ਨਾਲ ਤੁਹਾਡਾ ਸਿਰ ਦੁਖਦਾ ਤਾਂ ਤੁਸੀਂ ਸੁੱਕੇ ਔਲੇ ਤੇ ਧਨੀਆਂ ਲੈਣਾ ਉਹਨੂੰ ਰਗੜ ਲਓ ਤੁਸੀਂ ਦੜਫੜ ਜਾਂ ਕਰ ਲਓ ਉਹਨੂੰ ਤੁਸੀਂ ਰਾਤ ਨੂੰ ਤੁਸੀਂ ਉਹਨੂੰ ਮਿੱਟੀ ਦੇ ਬਰਤਨ ਦੇ ਵਿੱਚ ਇੱਕ ਗਲਾਸ ਪਾਣੀ ਦੇ ਵਿੱਚ ਭਿਓ ਕੇ ਰੱਖ ਦਿਓ ਉਹਨੂੰ ਸੋਭਾ ਉੱਠ ਕੇ ਚੰਗੀ ਤਰ੍ਹਾਂ ਮੈਸ਼ ਕਰ ਲਓ ਮੈਸ਼ ਕਰਕੇ ਤੁਸੀਂ ਉਹਨੂੰ ਪੁੰਨ ਲਓ ਉਹਦੇ ਵਿੱਚ ਤੁਸੀਂ ਕੂਜਾ ਮਿਸ਼ਰੀ ਮਿਲਾਉਣੀ ਹੈ ਜੀ ਇੱਕ ਚਮਚਾ ਕੂਜਾ ਮਿਸ਼ਰੀ ਲਿਆਓ ਉਹਨੂੰ ਰਗੜ ਲਓ ਉਹਦੇ ਵਿੱਚ ਤੁਸੀਂ ਇੱਕ ਚਮਚਾ ਮਿਲਾ ਕੇ ਤੇ ਉਹਨੂੰ ਪੀ ਲਓ ਇਹਦੇ ਨਾਲ ਤੁਹਾਡੇ ਮਿਹਦੇ ਦੀ ਗਰਮੀ ਵੀ ਨਿਕਲ ਜੂਗੀ ਤੇ ਤੁਹਾਡਾ ਸਿਰ ਦਰਦ ਕਰਨੋਂ ਵੀ हट ਜੂਗਾ ਕਾਫੀ ਲਾਭ ਮਿਲਦਾ ਜੀ ਇਹਨਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਇਹਨਾਂ ਨਾਲ ਕਾਫੀ ਹੱਦ ਤੱਕ ਮਤਲਬ ਆਪਾਂ ਨੂੰ ਸਰੀਰ ਆਪਣਾ ਰਿਲੈਕਸ ਹੁੰਦਾ ਹੈਗਾ ਅਗਰ ਤੁਹਾਨੂੰ ਠੰਡ ਦਾ ਸਿਰ ਦਰਦ ਕਰਦਾ ਜਾਂ ਤੁਹਾਨੂੰ ਰੇਸ਼ਾ ਜ਼ੁਖਾਮ ਹੋ ਗਿਆ ਫਿਰ ਸਿਰ ਦਰਦ ਕਰਦਾ ਆਪਣਾ ਤਾਂ ਆਪਾਂ ਕੀ ਕਰਨਾ ਹੈਗਾ ਹਿੰਗ ਲੈ ਲਓ ਤੁਸੀਂ ਥੋੜੀ ਜੀ ਉਹਦਾ ਲੇਪ ਬਣਾ ਕੇ ਤੇ ਮੱਥੇ ਦੇ ਉੱਤੇ ਮਸਲੋ ਲਾ ਲਓ ਜੀ ਤੁਸੀਂ ਮੱਥੇ ਦੇ ਉੱਤੇ ਸਾਰੇ ਇਸ ਤਰ੍ਹਾਂ ਲਾ ਲਓ ਇਹਦੇ ਨਾਲ ਕਾਫੀ ਥੋੜੇ ਜਿਹਰੇ ਬਾਅਦ ਹੀ ਤੁਹਾਨੂੰ ਮਤਲਬ ਕਿ ਆਰਾਮ ਮਿਲ ਜੂਗਾ ਤੇ ਕਾਫੀ ਰਿਲੈਕਸ ਫੀਲ ਕਰੋਗੇ ਤੁਸੀਂ ਵਧੀਆ ਆਰਾਮ ਫੀਲ ਕਰੋਗੇ ਤੁਸੀਂ ਮਹਿਸੂਸ ਕਰੋਗੇ ਉਸ ਨੂੰ ਵੀ ਆਰਾਮ ਮਿਲਦਾ ਹੈਗਾ ਇਹ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਜੀ ਤੁਸੀਂ ਲਿਖ ਕੇ ਰੱਖ ਲਿਆ ਕਰੋ ਤੇ ਇਹਨਾਂ ਨੂੰ ਵਰਤਿਆ ਕਰੋ ਤੁਸੀਂ ਅਗਰ ਤੁਹਾਡਾ ਨੱਕ ਬੰਦ ਹੋ ਗਿਆ ਜਾਂ ਤੁਹਾਡੇ ਨੱਕ ਬੰਦ ਕਾਰਨ ਰੇਸ਼ੇ ਕਾਰਨ ਨੱਕ ਬੰਦ ਹੋ ਗਿਆ ਤੁਹਾਡਾ ਸਿਰ ਦਰਦ ਕਰਨ ਲੱਗ ਗਿਆ ਜਿਆਦਾ ਆਪਣੇ ਕੋਲੇ ਮੌਕੇ ਤੇ ਕੋਈ ਆਪਾਂ ਵੈਸੇ ਅਨਹੇਲਰ ਵਗੈਰਾ ਆਪਾਂ ਲਿਆ ਕੇ ਰੱਖਦੇ ਆਂ ਜੀ ਉਹਦੇ ਨਾਲ ਠੀਕ ਹੋ ਜਾਂਦਾ ਕਈ ਵਾਰੀ ਮੌਕੇ ਤੇ ਆਪਣੇ ਕੋਲੇ ਨਹੀਂ ਹੁੰਦਾ ਜਾਂ ਆਪਾਂ ਨੂੰ ਮਿਲਦਾ ਨਹੀਂਗਾ ਆਪਾਂ ਫਿਰ ਕੀ ਕਰਨਾ ਵੀ ਆਟੇ ਵਾਲਾ ਜਿਹੜਾ ਸੂੜਾ ਹੁੰਦਾ ਜੀ ਉਹ ਕੱਢ ਲਓ ਥੋੜਾ ਜਿਹਾ ਤੁਸੀਂ ਨਾ ਮਤਲਬ ਜਾਂ ਤਾਂ ਕੋਲਿਆਂ ਦੀ ਅੱਗ ਤੇ ਜਾਂ ਪਾਥੀ ਦੀ ਅੱਗ ਦੇ ਉੱਤੇ ਪਾ ਕੇ ਥੋੜਾ ਜਿਹਾ ਉਹਨੂੰ ਸੁੰਘ ਲਓ ਸੁੰਘੋਗੇ ਜਦੋਂ ਨਾਲ ਦੀ ਨਾਲ ਤੁਹਾਨੂੰ ਛਿੱਕਾ ਆਉਣ ਗਿਆ ਜੀ 2 4 ਉਹਦੇ ਨਾਲ ਨਾਲ ਤਾਂ ਤੁਹਾਡਾ ਮਤਲਬ ਕਿ ਸਿਰਦਰਦ ਉਹ ਬੰਦ ਹੋ ਜਾਊਗਾ ਨਾਲੇ ਨੱਕ ਖੁੱਲ ਜਾਊਗਾ ਜਿਆਦਾ ਨਹੀਂ ਸੁੰਘਣਾ ਥੋੜਾ ਜਿਹਾ ਧੂੰਆ ਲੈ ਕੇ ਨਾ ਅੰਦਰ ਨੂੰ ਖਿੱਚ ਲਓ ਤੁਸੀਂ ਤੇ ਨਾਲ ਦੀ ਨਾਲ ਹੀ ਠੀਕ ਹੋ ਜਾਂਦਾ ਜੀ ਉਹਦੇ ਨਾਲ ਬਹੁਤ ਛੇਤੀ ਫਰਕ ਪੈਂਦਾ ਹੈਗਾ ਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਮੇਰੇ ਨਿੱਕੇ ਨਿੱਕੇ ਇਹ ਟੋਟਕੇ ਪਸੰਦ ਆਏ ਹੋਣਗੇ ਵਧੀਆ ਲੱਗੇ ਹੋਣਗੇ ਤੁਸੀਂ ਲਿਖ ਕੇ ਰੱਖਿਆ ਕਰੋ ਜੀ ਬਿਮਾਰੀਆਂ ਤੋਂ ਰਾਹਤ ਮਿਲਦੀ ਹੈਗੀ ਇਹਨਾਂ ਨਾਲ ਆਯੁਰਵੈਦਿਕ ਚੀਜ਼ਾਂ ਹੁੰਦੀਆਂ ਨੇ ਜੀ ਇਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਵਰਤਿਆ ਕਰੋ ਤੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਰੱਖਿਆ ਕਰੋ ਜੀ ਤੁਸੀਂ ਤੇ ਮਿਲਦੇ ਆ ਜੀ ਫਿਰ ਹੋਰ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਧੰਨਵਾਦ ਸਸਕਾਰ